सत श्री अकाल दोस्तों, जिवें कि तुसीं जानदे हो असीं हर बार किसी ना किसी हस्ती नाल रूबरू करवाते रहते हैं, अपने चैनल के जरिए उन्हां नाल मिलवाते रहते हैं। सो मैं एक तीज के प्रोग्राम से आई सी, मैं कि देखिया एक लड़की जो मेरे नाल बैठी है बहुत ही ज़्यादा इस विच एनर्जी सी। सो मैं इहदे नाल गलबात की कि यह एनर्जी आई कित्थों है, वह हुण खुद दसणगे। नाम है इन्हां दा गुरप्रीत, आओ गलबात करदे आप गुरप्रीत नाल। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਮੈਮ। ਮੈਮ ਪਹਿਲਾਂ ਤਾਂ ਤੁਸੀਂ ਇਹ ਦੱਸੋ ਬਿਲੋਂਗ ਕਿੱਥੋਂ ਕਰਦੇ ਹੋ? ਮੈਂ ਚੰਡੀਗੜ੍ਹ ਤੋਂ ਬਿਲੋਂਗ ਕਰਦੀ ਹਾਂ। ਚੰਡੀਗੜ੍ਹ ਔਰ ਇੱਥੇ ਤੀਜ ਤਾਂ ਚੰਡੀਗੜ੍ਹ ਵੀ ਮਨਾਈ ਜਾਂਦੀ ਹੈ, ਇੱਥੇ ਸਪੈਸ਼ਲ ਕਿੱਦਾਂ ਆਉਣਾ ਹੋਇਆ? ਮਤਲਬ ਮੇਰੇ ਚਾਚੀ ਹੋਣੀ ਇੱਥੇ ਆਲਮੋਸਟ, ਉਹ ਦੱਸਦੇ ਨੇ ਕਿ ਬੰਦ ਹੀ ਰਹਿੰਦੀ ਹੈ, ਤੀਜ ਸੈਲੀਬ੍ਰੇਸ਼ਨਸ ਹੁੰਦੀਆਂ ਨੇ ਉੱਥੇ ਵੀ ਬੰਦੀਆਂ ਨੇ, ਬਟ ਮੈਨੂੰ ਇੱਥੇ ਜ਼ਿਆਦਾ ਵਧੀਆ ਲੱਗਦਾ ਕਿਉਂਕਿ ਪੰਜਾਬ ਹੈ ਅਤੇ ਪੰਜਾਬ ਹੈ ਇਸ ਚੀਜ਼ ਲਈ ਫੇਮਸ, ਯੂ ਨੋ। ਅਤੇ ਫਿਰ ਮੈਂ ਇਹੀ ਸੋਚਿਆ ਕਿ ਚਲੋ ਉੱਥੇ ਜਾ ਕੇ ਅੱਜ ਸੈਲੀਬ੍ਰੇਟ ਕਰੀਏ ਤੀਜ। ਅੱਛਾ, ਪੰਜਾਬੀ ਕੁੜੀ ਗੁਰਪ੍ਰੀਤ ਨੇ ਸਟੱਡੀ ਕਿੱਥੋਂ ਕੀਤੀ ਵੀ ਹੈ? ਮੈਂ DAV ਕਾਲਜ ਤੋਂ ਕੀਤੀ ਹੈ, ਸੈਕਟਰ 10 'ਚ ਹੈ, ਪੰਜਾਬ ਯੂਨੀਵਰਸਿਟੀ ਦੇ ਅੰਡਰ ਹੈ ਮੇਰਾ ਕਾਲਜ। ਅੱਛਾ, ਮੈਨੂੰ ਇੱਕ ਗੱਲ ਦੱਸੋ, ਹੁਣ ਵੀ ਤੁਸੀਂ ਕੁਛ ਕਰ ਰਹੇ ਹੋ? ਨਾ, ਮੈਂ ਆਪਣੀ ਸਟੱਡੀ ਕੰਪਲੀਟ ਕਰ ਚੁੱਕੀ ਹਾਂ। ਆਈ ਹੈਵ ਪਰਸੂਡ BA BEd ਇਨ DAV ਕਾਲਜ। ਓਕੇ। ਅੱਛਾ, ਮੈਨੂੰ ਇੱਕ ਇਹ ਚੀਜ਼ ਦੱਸੋ, ਤੁਸੀਂ ਤੀਜ ਦੇ ਪ੍ਰੋਗਰਾਮ ਤੇ ਬਹੁਤ ਹੀ ਜ਼ਿਆਦਾ એનર્ਜੀ ਦਿਖਾਈ ਹੈ, ਮਤਲਬ ਉਹ એનર્ਜੀ ਇਦਾਂ ਲੱਗ ਰਹੀ ਸੀ ਕਿ ਪਤਾ ਨਹੀਂ ਤੁਸੀਂ ਬਹੁਤ ਹੀ ਹਾਈ ਲੈਵਲ ਦਾ ਇਹ ਚੀਜ਼ ਕਰਦੇ ਹੋ, ਇਹ ਤੁਸੀਂ ਸਿੱਖਿਆ ਕਿੱਥੋਂ ਹੈ? ਐਕਚੁਅਲੀ ਮੇਰੀ ਮਦਰ ਜਿਹੜੇ ਨੇ ਉਹ ਆਲਰੇਡੀ ਯੂਥ ਫੈਸਟ ਕਰਦੇ ਰਹੇ ਨੇ, ਉਹਨਾਂ ਨੂੰ ਖੁਦ ਗਿੱਧੇ ਦਾ ਬਹੁਤ ਸ਼ੌਂਕ ਹੈ। ਮੇਰੇ ਘਰ 'ਚ ਸਾਰੇ ਹੀ ਮਤਲਬ ਵਧੀਆ ਡਾਂਸ ਕਰਦੇ ਨੇ। ਮੇਰੀ ਸਿਸਟਰ ਜਿਹੜੀ, ਦੋ ਸਿਸਟਰਸ ਮੇਰੀ ਬਾਹਰ ਨੇ ਆਲਰੇਡੀ, ਅਤੇ ਮੈਨੂੰ ਖੁਦ ਸਟਾਰਟਿੰਗ ਤੋਂ, ਮੇਰਾ 6th ਸਟੈਂਡਰਡ ਤੋਂ ਮੇਰਾ ਪੈਸ਼ਨ ਸੀਗਾ ਕਿ ਮੈਂ ਗਿੱਧਾ ਭੰਗੜਾ ਕਰਨਾ ਹੀ ਕਰਨਾ। ਅਤੇ ਫਿਰ ਮੈਂ ਸਟਾਰਟ ਕਰਤਾ, ਐਂਡ ਲੇਟਰ ਔਨ ਮੈਂ ਜਦ ਕਾਲਜ ਆਈ ਤਾਂ ਮੈਨੂੰ ਓਪਰਚੁਨਿਟੀਜ਼ ਬਹੁਤ ਮਿਲੀਆਂ ਇਹ ਚੀਜ਼ ਪਰਫੋਰਮ ਕਰਨ ਲਈ, ਤਾਂ ਕਰਕੇ ਮੇਰੇ 'ਚ ਐਨਰਜੀ ਬਹੁਤ ਆਈ। ਅੱਛਾ, ਮੈਨੂੰ ਇੱਕ ਗੱਲ ਦੱਸੋ, ਕਈ ਵਾਰ ਕੀ ਹੁੰਦਾ ਕਿ ਜਿਵੇਂ ਸਕੂਲ ਵਿੱਚ ਫੰਕਸ਼ਨ ਹੁੰਦੇ ਆ, ਕਿਆ ਗੁਰਪ੍ਰੀਤ ਨੂੰ ਹਰ ਵਾਰ ਸਿਲੈਕਟ ਕੀਤਾ ਜਾਂਦਾ ਸੀ? ਜੀ ਬਿਲਕੁਲ, ਮੈਂ ਮੈਨੂੰ ਯਾਦ ਹੈ ਕਿ ਜਦ ਮੈਂ ਆਪਣੇ 6th-7th ਸਟੈਂਡਰਡ 'ਚ ਸੀਗੀ ਤਾਂ ਸਾਡੇ ਐਨੂਅਲ ਫੰਕਸ਼ਨ ਸੀਗਾ, ਉਦੋਂ ਵੀ ਮੈਂ ਮਤਲਬ ਗਿੱਧਾ ਭੰਗੜਾ ਕੀਤਾ ਸੀਗਾ। ਟੀਚਰਸ ਨੇ ਮੈਨੂੰ ਸਿਲੈਕਟ ਕੀਤਾ ਸੀਗਾ, ਉਹਨਾਂ ਨੇ ਕਿਹਾ ਸੀ ਇੱਕ ਵਾਰ ਜ਼ਰੂਰ ਪਰਫੋਰਮ ਕਰੋ ਤੁਸੀਂ। ਮੈਂ ਕਿਹਾ ਠੀਕ ਹੈ। ਅੱਛਾ, ਜਿਵੇਂ ਗੁਰਪ੍ਰੀਤ ਨੂੰ ਇਹ ਚੀਜ਼ ਗਿੱਧਾ ਭੰਗੜਾ ਬਹੁਤ ਹੀ ਜ਼ਿਆਦਾ ਆਉਂਦਾ ਹੈ, ਕਿਆ ਤੁਸੀਂ ਦੂਜੇ ਬੱਚਿਆਂ ਨੂੰ ਵੀ ਸਿਖਾਉਂਦੇ ਹੋ ਕਿ ਤੁਸੀਂ ਕਹਿੰਦੇ ਹੋ ਕਿ ਜਿਵੇਂ ਤੁਹਾਨੂੰ ਦੇਖ ਕੇ ਕੋਈ ਕਹਿੰਦਾ ਕਿ ਯਾਰ ਇਹ ਚੀਜ਼ ਮੈਨੂੰ ਸਿਖਾ ਦਿਓ, ਤੁਸੀਂ ਇਹ ਚੀਜ਼ ਕਰ ਪਾਉਂਦੇ ਹੋ? ਜੀ ਬਿਲਕੁਲ, ਕਿਉਂਕਿ ਖੁਦ ਦਾ ਪੈਸ਼ਨ ਹੈਗਾ। ਮੈਂ ਚਾਹੁੰਦੀ ਹਾਂ, ਸਭ ਤੋਂ ਪਹਿਲੀ ਗੱਲ ਹੈ ਕਿ ਲੋਕ ਨਾਚ ਹੈ ਗਿੱਧਾ ਆਪਣੇ ਪੰਜਾਬ ਦਾ, ਅਤੇ ਮੈਂ ਖੁਦ ਚਾਹੁੰਦੀ ਕਿ ਆਪਣਾ ਕਲਚਰ ਅਸੀਂ ਦੂਜੇ ਨੂੰ ਜ਼ਰੂਰ ਪ੍ਰਮੋਟ ਕਰਕੇ ਦੱਸੀਏ ਕਿ ਉਹਨਾਂ ਨੂੰ ਵੀ ਪਤਾ ਚੱਲੇ ਕਿ ਐਕਚੁਅਲ 'ਚ ਗਿੱਧਾ ਕੀ ਹੁੰਦਾ। ਹਰ ਕੋਈ ਐਡੀ ਤਾਲੀ ਨਹੀਂ ਮਾਰ ਸਕਦਾ, ਇਟਸ ਵੈਰੀ ਡਿਫੀਕਲਟ ਫੋਰ ਐਵਰੀਵਨ। ਬਟ ਮੈਂ ਜ਼ਰੂਰ ਚਾਹਾਂਗੀ ਕਿ ਛੋਟੇ ਛੋਟੇ ਬੱਚੇ ਵੀ ਮੈਨੂੰ ਪੁੱਛਦੇ ਆ ਕਈ ਵਾਰ, ਅਤੇ ਮੈਂ ਜ਼ਰੂਰ ਚਾਹਾਂਗੀ ਕਿ ਮੈਂ ਉਹਨਾਂ ਨੂੰ ਵੀ ਸਿਖਾਵਾਂ। ਮੈਨੂੰ ਕਦੇ ਮੌਕਾ ਮਿਲੇ ਤਾਂ ਮੈਂ ਜ਼ਰੂਰ ਹਰ ਕਿਸੇ ਨੂੰ ਇਹ ਚੀਜ਼ ਲਈ ਪ੍ਰਮੋਟ ਜ਼ਰੂਰ ਕਰਾਂ ਆਪਣਾ ਕਲਚਰ। ਅੱਛਾ, ਤੁਸੀਂ ਆਊਟ ਆਫ ਸਟੇਸ਼ਨ ਵੀ ਕਦੇ ਜਾਂਦੇ ਹੋ ਕਿ ਕੋਈ ਗਿੱਧੇ ਭੰਗੜੇ ਦਾ ਕੋਈ ਵੀ ਪ੍ਰੋਗਰਾਮ ਹੋਵੇ ਤੇ ਤੁਸੀਂ ਕਦੇ ਗਏ ਹੋ, ਕਦੇ ਕੀਤਾ ਕੋਈ ਪਾਰਟਿਸਪੇਟ ਕਰਦਾ ਦਾ? ਵੈਸੇ ਤਾਂ ਮੈਂ ਸਪੋਰਟਸ ਪਰਸਨ ਹੈਗੀ ਹਾਂ, ਅਤੇ ਕਦੇ ਕਦੇ ਜਿੱਦਾਂ ਹੁਣ ਨੈਸ਼ਨਲ ਪਲੇਅਰ ਰਹੀ ਹਾਂ ਮੈਂ ਬੇਸਬਾਲ, ਸੌਫਟਬਾਲ, ਬਾਸਕਟਬਾਲ ਔਰ ਅਥਲੈਟਿਕਸ ਦੀ, ਅਤੇ ਮੈਂ ਉੱਥੇ ਕਦੇ ਮੌਕਾ ਮਿਲ ਜਾਂਦਾ ਤਾਂ ਕਰ ਲੈਂਦੇ ਹਾਂ। ਅੱਛਾ, ਇਹ ਗੱਲ ਦੱਸੋ, ਸਪੋਰਟਸ ਪਰਸਨ ਦਾ ਇਸ ਲਾਈਨ 'ਚ ਆਉਣ ਦਾ ਕਿਵੇਂ ਸਬੱਬ ਬਣਿਆ? ਐਕਚੁਅਲੀ ਵਿਦ ਦਾ ਗੋਡ ਗ੍ਰੇਸ ਆਈ ਐਮ ਮਲਟੀ ਟੈਲੈਂਟਡ। ਮੈਂ ਸਭ ਕੁਛ ਕਰ ਲੈਂਦੀ ਹਾਂ, ਮਤਲਬ ਕਿਉਂਕਿ ਮੇਰੀ ਮਦਰ ਹੀ ਖੁਦ ਬਹੁਤ ਮਲਟੀ ਟੈਲੈਂਟਡ ਨੇ, ਔਰ ਪਿੱਛੋਂ ਮੇਰੀ ਫੈਮਿਲੀ ਦੀ ਸਪੋਰਟ, ਮੇਰੇ ਦਾਦੂ ਦੀ ਸਪੋਰਟ ਜੋ ਕਿ ਹੁਣ ਨਹੀਂ ਰਹੇ ਨੇ, ਉਹਨਾਂ ਦੀ ਹਮੇਸ਼ਾ ਸਪੋਰਟ ਰਹੀ ਹੈ। ਹਮੇਸ਼ਾ ਉਹ ਕਹਿੰਦੇ ਨੇ ਕਿ ਤੁਸੀਂ ਜੋ ਕਰਨਾ ਚਾਹੁੰਦੇ ਹੋ ਕਰੋ, ਆਪਣਾ ਪੈਸ਼ਨ ਨੂੰ ਜ਼ਰੂਰ ਫੋਲੋ ਕਰੋ। ਅੱਛਾ, ਤੁਸੀਂ ਗਿੱਧਾ ਭੰਗੜਾ ਤਾਂ ਚਲੋ ਇਹ ਚੀਜ਼ਾਂ ਕਰ ਲੈਂਦੇ ਹੋ, ਕਈ ਵਾਰ ਕੀ ਹੁੰਦਾ ਕਿ ਜਿਹੜੀ ਕੁੜੀਆਂ ਇਹ ਚੀਜ਼ ਕਰਦੀਆਂ ਉਹ ਘਰ ਦਾ ਕੰਮ ਨਹੀਂ ਕਰ ਪਾਉਂਦੀਆਂ, ਕਿਆ ਗੁਰਪ੍ਰੀਤ ਘਰ ਦਾ ਕੰਮ ਕਰ ਪਾਉਂਦੀ ਹੈ ਜਾਂ ਨਹੀਂ ਕਰ ਪਾਉਂਦੀ? ਬਿਲਕੁਲ, ਮੈਂ ਘਰ ਦਾ ਕੰਮ ਕਰਦੀ ਹਾਂ, ਮੈਂ A to Z ਕੰਮ ਕਰਦੀ ਹਾਂ। ਮਤਲਬ ਮੇਰੇ ਚਾਚੂ ਚਾਚੀ ਵੀ ਹੈਗੇ ਨੇ, ਸਾਰੇ ਆਪਾਂ ਇਕੱਠੇ ਰਹਿੰਦੇ ਹਾਂ, ਸਾਰੇ ਮਿਲ ਕੇ ਕੰਮ ਕਰਦੇ ਨੇ। ਮੇਰੀ ਸਿਸਟਰਸ ਦੋਵੇਂ ਬਾਹਰ ਨੇ, ਤਾਂ ਹੁਣ ਓਬਵੀਅਸ ਜੀ ਗੱਲ ਹੈ, ਰਿਸਪੋਂਸੀਬਿਲਟੀ ਮੇਰੇ 'ਤੇ ਹੈ। ਮੰਮਾ ਤੋਂ ਇੰਨਾ ਕੰਮ ਨਹੀਂ ਹੁੰਦਾ ਕਿਉਂਕਿ ਸ਼ੀ ਇਜ਼ ਅ ਟੀਚਰ, ਅਤੇ ਸਮਟਾਈਮਸ ਸ਼ੀ ਇਜ਼ ਅ ਸਪੋਰਟਸ ਟੀਚਰ, ਸੋ ਸਮਟਾਈਮਸ ਟਾਈਮ ਨਹੀਂ ਲੱਗਦਾ ਉਹਨਾਂ ਨੂੰ ਕੰਮ ਕਰਨ ਦਾ। ਅਤੇ ਜਿਹੜੇ ਸਿਸਟਰਸ ਬਾਹਰ ਹੈ ਉਹ ਬਾਹਰ ਕਿੱਥੇ ਗਏ ਹੋਏ ਆ? ਮੇਰੀ ਸਭ ਤੋਂ ਵੱਡੀ ਸਿਸਟਰ ਜਿਹੜੀ ਹੈਗੀ ਨੇ ਉਹ ਡੈਲਟਾ ਹੈਗੇ ਨੇ ਵੈਂਕੂਵਰ, ਅਤੇ ਮੇਰੀ ਵਿਚਾਲੇ ਜਿਹੜੇ ਸਿਸਟਰ ਨੇ ਉਹ ਹੈਗੇ ਨੇ ਨੋਵਾ ਸਕੋਸ਼ੀਆ, ਮੇਰੇ ਬ੍ਰਦਰ ਕੋਲ। ਇਹ ਪੱਕਾ ਪ੍ਰੋਗਰਾਮ ਉਹ ਦੇਖਣਗੇ ਕਿਉਂਕਿ ਸਾਡਾ ਇਹ ਪ੍ਰੋਗਰਾਮ ਕੈਨੇਡਾ ਵੀ ਚੱਲਣਾ, ਟਾਈਮ ਅਸੀਂ ਤੁਹਾਨੂੰ ਦੱਸ ਦਾਂਗੇ। ਸੋ ਜਿਹੜੀਆਂ ਤੁਹਾਡੀਆਂ ਸਿਸਟਰਸ ਨੇ ਤੁਹਾਡਾ ਇਹ ਪ੍ਰੋਗਰਾਮ ਦੇਖ ਕੇ ਬਹੁਤ ਖੁਸ਼ ਹੋਣਗੀਆਂ, ਸਾਨੂੰ ਵੀ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ। ਸੋ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਮੈਂ ਇੱਕੋ ਗੱਲ ਕਹੂੰਗੀ ਕਿ ਹਰ ਕੋਈ ਗਿੱਧਾ ਜਾਂ ਭੰਗੜਾ, ਆਪਣਾ ਪੰਜਾਬੀ ਕਲਚਰ ਜਿਹੜਾ ਅੱਜ ਦੇ ਟਾਈਮ 'ਤੇ ਬਹੁਤ ਪਿੱਛੇ ਹੁੰਦਾ ਪਿਆ, ਅਤੇ ਮੈਂ ਇਹੀ ਕਹੂੰਗੀ ਕਿ ਸਾਰੇ ਜਣੇ ਇਸ ਚੀਜ਼ ਨੂੰ ਜ਼ਰੂਰ ਫੋਲੋ ਕਰੋ, ਆਪਣੇ ਕਲਚਰ ਦੇ ਨਾਲ ਹਮੇਸ਼ਾ ਜੁੜੇ ਰਹੋ।
थैंक यू गुरप्रीत, थैंक यू सो मच। तानू गुरप्रीत का प्रोग्राम किदा लग्या अपने कमेंट राही सानू जरूर दस्यो। मैनू ते गुरप्रीत नू दिओ इजाजत, सत श्री अकाल। सत श्री अकाल।